ਵਿਸਰਨਾਈ ਦਾਤਾ ਰਿਸ਼ਤੇਦਾਰ ਭੈਣ ਭਾਈ ਸੱਜੇ ਮਿੱਤਰ ਤੁਸੀਂ ਦੂਰ ਦੁਰਾਡੇ ਥਲ ਕੇ ਅੱਜ ਉਹਨਾਂ ਦੀ ਆਤਮ ਅਰਦਾਸ ਵਿੱਚ ਸ਼ਾਮਿਲ ਹੋਏ ਹੋ। ਗੁਰੂ ਪਾਤਸ਼ਾਹ ਜੀ ਮਿਹਰ ਕਰੇ ਉਸ ਆਤਮਾ ਨੂੰ ਸ਼ਾਂਤੀ ਬਖਸ਼ੇ ਅਤੇ ਸਾਰਿਆਂ ਦੇ ਪਰਿਵਾਰੀ ਸਤਿਗੁਰੀ ਠੰਡ ਰਖਾਵੇ ਅਤੇ ਸਾਰਿਆਂ ਨੂੰ ਨਾਮ ਜਪਣ ਦਾ ਉੱਤਮ ਬਲ ਬਖਸ਼ਿਸ਼ ਕਰੇ। ਦਾਸ ਦੇ ਇਤਨੇ ਕਿ ਬੱਚਨ ਪ੍ਰਵਾਨ ਕਰਨਾ ਭੁੱਲਾਂ ਚੁੱਕਾਂ ਦੀ ਮਾਫੀ ਰੋਗ ਚਾਰ ਰਜ ਕੇ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਰਦਾਰ ਜਸਵਿੰਦਰ ਸਿੰਘ ਨਿਵਾਦਾ, ਜਿਸ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਆਪਾਂ ਦੂਲਾ ਦੂਲਾ ਤੋਂ ਆਏ ਆ। ਜਸਵਿੰਦਰ ਸਿੰਘ ਨਿਵਾਦਾ ਕਿਸੇ ਜਾਣ ਪਹਿਚਾਣ ਦੇ ਮੁਤਾਬਕ ਨਹੀਂ ਸਨ ਤੇ ਮੈਂ ਹਰਾਮਾ ਸਿੰਘ ਨੂੰ ਇੱਕ ਬੇਨਤੀ ਮਨਾਵਾ ਸਾਹਿਬ ਨੂੰ ਕਰਨੀ ਆ। ਇਹ ਸਿੰਘ ਸਾਹਿਬ ਭਾਈ ਧਿਆਨ ਸਿੰਘ ਜੀ ਮਾਨਦਾ ਜਿਹੜਾ ਉਹਨਾਂ ਵੱਲੋਂ ਪਤੇ ਬੁਲਾਉਣੀ ਇਹਨਾਂ ਨੇ, ਉਹ ਕੁਝ ਹਨੇਰਿਆਂ ਦਾ ਕਰਕੇ ਆ ਨਹੀਂ ਸਕੇ। ਉਹਨਾਂ ਆਉਣਾ ਜ਼ਰੂਰ ਸੀ। ਜਸਵਿੰਦਰ ਸਿੰਘ ਦਾ ਬੜਾ ਫੇਮ ਸੀ ਉਹਨਾਂ ਦਾ ਔਰ ਬੜਾ ਸਾਥ ਦਿੰਦੇ ਹੀ ਗਿਆ ਤਾਂ ਜਸਵਿੰਦਰ ਸਿੰਘ ਨਿਵਾਦਾ ਉਹਨਾਂ ਦਾ, ਔਰ ਪਹੁੰਚਣਾ ਤਾਂ ਬੜਾ ਜ਼ਰੂਰੀ ਸੀ। ਅਤੇ ਰਾਤ ਉਹਨਾਂ ਦਾ ਫੋਨ ਆਇਆ ਕਿ ਮਨਾਵਾ ਸਾਹਿਬ ਆਉਣ ਕੇ ਹਾਜ਼ਰੀ ਲਵਾਉਣ ਵਾਸਤੇ। ਉਹ ਦੋ ਮਿੰਟ ਉਹਨਾਂ ਦੇ ਅਤੇ ਸਾਂਝੀ ਕਰਨਗੇ ਅਤੇ ਉਸ ਤੋਂ ਪਹਿਲਾਂ ਇੱਕ ਮਿੰਟ ਭਾਈ ਮਹਿੰਦਰ ਸਿੰਘ ਜੀ ਬਾਬਾ ਜੀ ਪੜ੍ਹਾਈ ਕੇਂਦਰ ਵਾਲੇ ਉਹ ਸੰਗਤਾਂ ਨਾਲ ਦੋ ਮਿੰਟ ਵਿਚਾਰਿਆ ਕਰ। ਕਿੰਨੀਆਂ ਬਖਸ਼ਿਸ਼ਾਂ ਗੁਰੂ ਗੋਬਿੰਦ ਸਿੰਘ ਨੇ ਕੀਤੀਆਂ, ਇਹ ਇੰਨੀ ਰੂਹ ਸਹੀ ਹੈ ਪਿਆਰਿਓ। ਪਰਿਵਾਰ ਨੂੰ ਪਤਾ ਹੀ ਨਹੀਂ ਲੱਗਣਾ ਕਿਉਂਕਿ ਦੋ ਵਾਰੀ ਦੇ ਮੇਲ ਦੇ ਵਿੱਚ ਉਸ ਵੀਰ ਦੇ ਦਿਲ ਦੀ ਰੂਹਾਨੀਅਤ ਦੀ ਜਿਹੜੀ ਖਿੱਚ ਸੀ ਉਹ ਸਾਨੂੰ ਮਹਿਸੂਸ ਹੋਈ ਹੈ। ਅਤੇ ਪਰਿਵਾਰ ਨੂੰ ਜਿਹੜਾ ਹੈ ਇਹ ਘਾਟਾ ਜਿਹੜਾ ਹੈ ਸਾਨੂੰ ਪੂਰਾ ਕਰਨਗੇ, ਘਾਟਾ ਮਹਿਸੂਸ ਨਹੀਂ ਹੋਵੇਗਾ। ਇਹਨਾਂ ਸ਼ਬਦਾਂ ਦੇ ਨਾਲ ਵੀਰ ਜਸਵਿੰਦਰ ਸਿੰਘ ਨੂੰ ਮਹਾਰਾਜ ਆਪਣੇ ਚਰਨਾਂ ਵਿੱਚ ਦਵਾਸ ਅਤੇ ਸਾਰੇ ਪਰਿਵਾਰ ਨੂੰ ਸ਼ਾਂਤੀ ਕਰਾ ਬਖਸ਼ ਹੋਈਆਂ ਭੁਲਾਂ ਚੁਕਾਰੀ ਜੀਵਾਂ ਪਤੇ ਕਰ ਵਾਲੀ ਬਦਲਾਓ। ਪਰਮ ਸਤਿਕਾਰਯੋਗ ਖਾਲਸਾ ਜੀ, ਕਿਸੇ ਦੀ ਖੁਸ਼ੀ ਵਿੱਚ ਸ਼ਾਮਿਲ ਹੋਈਏ, ਖੁਸ਼ੀ ਬਣਦੀ ਹੈ ਕਿਸੇ ਦੇ ਗਮ ਵਿੱਚ ਸ਼ਾਮਿਲ ਹੋਣ ਵਾਸਤੇ ਆਈਏ ਤੇ ਉਹਦਾ ਜਿਹੜਾ ਗਮ ਜਿਹੜਾ ਉਹ ਘਟਦਾ। ਤੁਸੀਂ ਆਏ ਹੋ ਜੀ ਆਇਆਂ ਨੂੰ, ਸਾਰੇ ਵੀਰਾਂ ਨੂੰ ਬੇਨਤੀ ਹੈ ਗੁਰੂ ਕਾ ਲੰਗਰ ਆ ਦੁੱਧ ਵਰਤ ਰਿਹਾ, ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾ ਕਰਨੀ। ਬੋਲਦਿਆਂ ਕੋਈ ਵੱਧ ਘੱਟ ਦਾ ਬੋਲ ਗਿਆ ਹੋਵਾਂ ਤਾਂ ਤਾਂ ਵੀ ਟਕਸਾਲ ਵੱਲੋਂ ਸ੍ਰੀ ਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਉਹਨਾਂ ਵੱਲੋਂ ਵੀ ਜਥੇਦਾਰ ਸਾਹਿਬ ਆਏ ਨੇ, ਸਾਰੀਆਂ ਹੀ ਆਈਆਂ ਹੋਈਆਂ ਧਾਰਮਿਕ ਜਥੇਬੰਦੀਆਂ ਸਾਰੇ ਆਏ ਹੋਏ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਆਗੂ ਸਾਹਿਬਾਨ ਉਹਨਾਂ ਨੂੰ ਜੀ ਆਇਆ ਫਤਿਹ ਗੱਜ ਵੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
अज सारे दरवाजे बंद करके अंदर बैठ जाते और इतने शरीर रूपी घर है ते शरीर के दस दरवाजे नौ द्वारे प्रगट किए दसवां पुत्र खाया दो अखा ने दो कान ने नाक है मूह है नौ द्वारे प्रगट किए एक दसवां पुत्र खाया दसवें द्वार जो जीव की मौत होती है इन रस्तों में श्वास नहीं होते इसलिए अखा रही इसलिए मूह रही इसलिए नक रही इसलिए कन्ना रही इस शरीर के सारे दरवाजे भन के मौत की भाग के संसार के जिन्हें मर्जी सुख होने लोग को माया का जिन्ना मर्जी जोर हो बहुत अमीर हो माया रूपी जोड़े दरवाजे सारे भन दिए इन्हों पासे करके जीवन लै जाए बलकर मौत जा आपसी सब दरवाजे इन्हों प्यार भाइयों अगे दिता बन जिन्हों अपने प्यारे कहता से भाई कहता से मेरे साथ सुखी मेरे साथी मेरे दोस्त कहते भाई उन्होंने तेन बन के मौत दे के लागे मोड़ दिता अगे दिता जो फर्ज है संगत हर एक सिख की पहली क्लास
ਇਹਨੀ ਮਿਹਨਤ ਪਾਣਾ ਪਾ ਕੇ ਬਸ ਸਿੱਖ ਕਮਾਉਣ ਜੋਗੇ ਸਿੱਖੀ ਨੂੰ ਕਮਾ ਕੇ ਉਠਾਈ ਇਸ ਵਾਸਤੇ ਸਿੱਖੀ ਕਮਾਉਣੀ ਬੜੀ ਪਰਮੇਸ਼ਰ ਦਾ ਨਾਮ ਆਖਣਾ ਭਾਵ ਕੇ ਸਿਮਰਨਾ ਵੀ ਬੜਾ ਔਖਾ ਅਤੇ ਬਹਿ ਕੇ ਸੁਣਨਾ ਉਹਦੇ ਨਾਲੋਂ ਵੀ ਮਾਰੇ ਕਹਿੰਦੇ ਨੇ ਆਖੋ ਜੀਵਾਂ ਵਿਸਰੇ ਮਰ ਜਾ ਆਖਣੇ ਔਖਾ ਸੱਚਾ ਨਾਮ ਸੱਚੇ ਨਾਮ ਨੂੰ ਆਖਣਾ ਸਿਮਰਨਾ ਬੜੀ ਕਠਿਨ ਗੱਲ ਹੈ ਪਰ ਸਾਧ ਸੰਗਤ ਜਿਹੜੇ ਸਿਮਰਦੇ ਹੈ ਜਿਹੜੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੈ ਉਹ ਨਾਮ ਰਸ ਚੱਕਦੇ ਉਹ ਆਤਮਕ ਆਨੰਦ ਮਾਣਦੇ ਸਰੀਰ ਦੀ ਖੁਰਾਕ ਭੋਜਨ ਹੈ ਆਤਮਾ ਦੀ ਖੁਰਾਕ ਭਜਨ ਹੈ ਸਿਮਰਨ ਹੈ ਜਿਹੜੇ ਸਿਮਰਨ ਕਰਦੇ ਉਹਨਾਂ ਦਾ ਮਨ ਲੱਗਦਾ ਰਸ ਦਿੰਦੇ ਆ ਸਾਧ ਸੰਗਤ ਉਹ ਸਿਮਰਨ ਤੋਂ ਬਗੈਰ ਰਹਿ ਨਹੀਂ ਸਕਦੇ ਜਪਿਆ ਹੋਇਆ ਨਾਮ ਤੇਰੇ ਨਾਲ ਸ਼ੁਭ ਗੁਣ ਤੇਰੇ ਨਾਲ ਦਰਗਾਹ ਵਿੱਚ ਇਹੀ ਤੇਰੇ ਵੀਰ ਨੇ ਇਹੀ ਤੇਰੇ ਭਰਾ ਇਹੀ ਤੇਰੇ Thank you.
Oh.
Love.
Thank you.
ਹੈ ਇੱਕ ਜੀਵਨ ਲਈ ਡੂੰਘਾ ਗਿਆਨ ਆਓ ਬੇਨਤੀ ਹੈ ਸੁਣਿਓ ਕੀਰਤ ਮਨਾਂ ਦੀਆਂ ਬੇਨਤੀਆਂ ਬਣਦੇ ਜਿਹੜਾ ਜੰਮਿਆ ਉਹਨੇ ਮਰਨਾ ਕਬੀਰ ਜੀ ਕੀ ਕਹਿ ਕਬੀਰ ਬੈਠ ਕੇ ਹੋਈ ਭਲਾ ਦਾਰੂ ਮੇਰੇ ਪਾਸ ਆਪਾਂ ਕਹਿ ਦਿੰਦੇ ਫਲਾਨੀ ਡਾਕਟਰ ਕੋਲ ਚਲਾ ਜਾਂਦਾ ਸ਼ਾਇਦ ਵੱਜ ਜਾਂਦਾ ਹਾਂ ਫਿਰ ਡਾਕਟਰ ਕਹਿੰਦਾ ਹੈ ਮੈਨੂੰ ਤੇਰੀ ਬਿਮਾਰੀ ਦਾ ਵੀ ਪਤਾ ਲੱਗ ਗਿਆ ਜਿਹੜੀ ਤੈਨੂੰ ਬਿਮਾਰੀ ਲੱਗੀ ਸੀ ਤੇ ਮੈਂ ਕੋਰਸ ਕੀਤਾ ਤੇ ਦਾਰੂ ਮੇਰੇ ਵੱਸ ਵਿੱਚ ਹੈ ਮੈਨੂੰ ਪਤਾ ਹੈ ਜਿਹੜੀ ਤੈਨੂੰ ਦੁਆ ਦੇਣੀ ਹੈ ਤੇ ਦੇਣ ਨਾਲ ਉਹਨੂੰ ਵੀ ਬੋਲਣਾ ਕਬੀਰ ਦੀ ਬਾਣੀ ਵਿੱਚ ਕਹਿੰਦੇ ਨੇ ਇਹਨੇ ਡਾਕਟਰ ਕਹਿੰਦਾ ਇਸ ਦੁਆ ਦਾਰੂ ਦਾ ਮੈਨੂੰ ਪਤਾ ਇਹਦਾ ਮੈਂ ਕੋਰਸ ਕੀਤਾ ਉਹ ਦੁਆ ਵੀ ਦਿੰਦਾ ਜੀ ਤੇ ਵੇਖੋ
ਸਰਦਾਰ ਸਿੰਘ ਸਿਮਰਨ ਬਾਬਾ ਨਾਨਕ ਵੀ ਸਤਿਗੁਰੂ ਮਹਾਰਾਜ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਿੱਛੇ ਸਾਰਾ ਲੋਕ ਸਿੰਘ ਸਾਰਾ ਪਰਿਵਾਰ ਮਹਾਰਾਜ ਪਾਣਾ ਮੰਗਣ ਦਾ ਬਲ ਬਖਸ਼ਣ। ਸਤਿਕਾਰ ਤੋਂ ਸਰਦਾਰ ਸੁਖਦੇਵ ਸਿੰਘ ਸਮਾਂ ਮਿਲਿਆ, ਆਓ ਅਨੰਦ ਸਿੰਘ ਜੀ ਦਾ ਪਾਠ ਉਪਰੰਤ ਮਹਾਰਾਜ ਜੀ ਦੇ ਚਰਨਾਂ ਵਿੱਚ ਪੜਦਾ। ਨਾਮ ਕਲੀ ਮਹੱਲਾ ਤੀਜਾ, ਅਨੰਦ ਇੱਕੋ ਅੰਕਾਰ ਸਤਿਗੁਰ ਪ੍ਰਸਾਦ। ਬੋਲੋ ਰੇ ਵਾਹਿਗੁਰੂ।
ਧਰਤੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਗ ਚੜਾਈ ਤੇਗ ਵਾਰੀ ਦੇਗ ਕੇ ਅੰਡਿਠ ਕੀਤਾ ਤੇਰਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਤੇ ਅੰਤਰ ਕੇ ਖਾਲਸਾ ਜੀ ਬੋਲੋ ਰੇ ਵਾਹ ਗੁਰੂ ਜਨਾ ਸਿੰਘਾਂ ਸਿੰਘਣੀਆਂ ਨੇ ਧਰਮ ਦਿੱਤਾ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਾਈਆਂ ਚਰਪੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਨਾਲ ਨਿਭਾਏ ਤੇਰਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਰੇ ਵਾਹਿ ਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਰੇ ਵਾਹਿ ਗੁਰੂ ਮੈਂ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿੱਤੇ ਆਵੇ ਜਿੱਤੇ ਅੰਕਾ ਸੱਤਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਵਿਆਇਤਾ ਦੇਗ ਤੇਗ ਫਤਿਹ ਮ੍ਰਿਤ ਬੈਜ ਪੰਥ ਕੇ ਲੇ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਭਵੇਕ ਦਾਨ ਵਿਸਾ ਦਾਨ ਪ੍ਰਸਾਦ ਦਾਨ ਧਨ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕਿਆਂ ਕੰਡੇ ਬੰਗੇ ਚੁਗੋ ਚੁਗ ਅਟਲ ਧਰਮ ਕਾ ਜੈਕਾਰ ਵਾਹਿਗੁਰੂ ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਪੰਥ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਕ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੇ ਉੱਟ ਨਿਆਸਰਿਆਂ ਦੇ ਆਸਰਾ ਕਰਨ ਕਾਰਨ ਪਤਤ ਪਾਵਨ ਕਿਰਪਨ ਧੰਨ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਮਾਂ ਬਾਪ ਕਹਾਣ ਰਾਣਾ ਰਾਉ ਨ ਕੋ ਰਹੇ ਰੰਗ ਨ ਤੁੰਗ ਲੁਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧੇ ਧੀਰ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪੇੜਾ ਮੱਲਿਆ ਐਸੇ ਦੀਨ ਦਿਆਲ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਗੁਰਮ ਪ੍ਰੇਮੀ ਟਹਿਲੀਏ ਸਰਦਾਰ ਜਸਵਿੰਦਰ ਸਿੰਘ ਜੀ ਪਾਤਸ਼ਾਹ ਜਿਤਨੇ ਆਪ ਜੀ ਨੇ ਉਹਨਾਂ ਨੂੰ ਆਜੋ ਬਖਸ਼ਿਸ਼ ਕੀਤੀ ਉਸ ਨੂੰ ਭੋਗ ਕੇ ਆਪ ਜੀ ਦੇ ਬਾਣੇ ਦੇ ਹੁਕਮ ਅਨੁਸਾਰ ਇਸ ਸੰਸਾਰ ਤੋਂ ਪੂਜ ਕਰ ਗਏ ਹਨ ਪਿਤਾ ਜੀ ਉਹਨਾਂ ਦਾ ਪਰਿਵਾਰ ਉਹਨਾਂ ਦੇ ਧਰਮ ਪਤਨੀ ਉਹਨਾਂ ਦੇ ਬਰਖਰਦਾਰ ਬੇਟਾ ਸਮੁੱਚੇ ਰਿਸ਼ਤੇਦਾਰ ਸੱਜਣ ਮਿੱਤਰ ਮਿਲ ਕਰਕੇ ਵਿਛੜੀ ਹੋਈ ਆਤਮਾ ਦੀ ਸ਼ਾਂਤੀ ਵਾਸਤੇ ਅਤੇ ਸਤਿਗੁਰੂ ਉਹਨਾਂ ਦੇ ਜੀਵਨ ਯਾਤਰਾ ਦੌਰਾਨ ਜਾਣੇ ਅਣਜਾਣੇ ਕੋ ਭੁੱਲ ਹੋ ਗਈ ਹੋਵੇ ਉਹਦੀ ਮਾਫੀ ਵਾਸਤੇ ਅਤੇ ਉਸ ਆਤਮਾ ਦਾ ਇਹ ਅਕਾਲ ਪੁਰਖ ਵਾਹਿਗੁਰੂ ਜੀ ਆਜ ਵਿਖੇ ਲੀਨਤਾ ਅਤੇ ਭੇਦਤਾ ਵਾਸਤੇ ਆਪ ਜੀ ਦੇ ਚਰਨ ਪਰਸਨਾ ਆਪਣੇ ਗ੍ਰਹਿ ਵਿਖੇ ਰੱਬੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਕਰਕੇ ਭੋਗ ਪਵਾਏ ਉਪਰੰਤ
ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜਾਏ ਗਏ। ਸਾਡੇ ਦੀਵਾਨ ਵਿਖੇ ਰੱਬੀ ਬਾਣੀ ਦਾ ਕੀਰਤਨ ਗੁਰਮਤ ਵਿਚਾਰਾਂ ਹੋਈਆਂ ਹਨ। ਸਤਿਗੁਰੂ ਭੁੱਲਾਂ ਚੁੱਕਾਂ ਦੀ ਮਾਫੀ ਦੇਣੀ, ਅੱਗੇ ਤੋਂ ਸਮਰਥ ਬਖਸ਼ਣੀ, ਬੜੀ ਸੁਣੀ ਬਾਣੀ ਦਰ ਤੇ ਪ੍ਰਵਾਨ ਕਰਨੀ, ਗੁਰਬਾਣੀ ਦਾ ਪਾਲ ਫਲਾ ਦੇਸ਼, ਵਿਛੜੀ ਹੋਈ ਆਤਮਾ ਨੂੰ ਬਖਸ਼ਿਸ਼ ਕਰਨਾ, ਵਿਛੜੀ ਹੋਈ ਆਤਮਾ ਨੂੰ ਸਦੀਵੀ ਕਾਲ ਆਪਣੇ ਚਰਨਾਂ ਵਿੱਚ ਨਿਵਾਸ ਦੇਣਾ, ਜਨਮ ਮਰਨ ਤੋਂ ਰਹਿਤ ਕਰਨਾ, ਪਿੱਛੇ ਪਰਿਵਾਰ ਨੂੰ ਸੱਜਣਾ ਮਿੱਤਰਾਂ ਭੈਣਾਂ ਭਾਈਆਂ ਨੂੰ ਇਹ ਬਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਪਰਿਵਾਰ ਦੇ ਸਿਰ ਤੇ ਮੇਰ ਪ੍ਰਾਪਤ ਰੱਖਣਾ, ਪਰਿਵਾਰ ਵਿਖੇ ਸੁੱਖ ਸ਼ਾਂਤੀ ਏਕਤਾ ਤਫਾਕ ਅਤੇ ਪਿਤਾ ਜੀ ਇਹਨਾਂ ਦੇ ਬਰਖਰਦਾਰ ਬੱਚੇ ਦੇ ਸਿਰ ਤੇ ਮੇਰ ਪ੍ਰਾਪਤ ਰੱਖਣਾ, ਭਾਈ ਸਾਹਿਬ ਦੇ ਪਾਏ ਹੋਏ ਪੂਰਨਿਆਂ ਉੱਤੇ ਇਸ ਬੱਚੇ ਨੂੰ ਚੱਲਣ ਦਾ ਬਲ ਬੁੱਧੀ ਉਤਸ਼ਾਹ ਬਖਸ਼ਿਸ਼ ਕਰਨਾ, ਆਪਣੇ ਮਾਤਾ ਜੀ ਦੇ ਆਗਿਆਕਾਰਤਾ ਵਾਲਾ ਗੁਰਮਤ ਵਾਲਾ ਬੱਚੇ ਨੂੰ ਜੀਵਨ ਬਖਸ਼ਿਸ਼ ਕਰਨਾ। ਗਰੀਬ ਨਵਾਜ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਜੋ ਵੀ ਗੁਰਸਿੱਖ ਭੈਣ ਭਾਈ ਸੱਜਣ ਮਿੱਤਰ ਦੂਰ ਦੁਰਾਡਿਓਂ ਚੱਲ ਕੇ ਇਸ ਸਮਾਗਮ ਵਿਖੇ ਮਨ ਕਰਕੇ ਤਨ ਕਰਕੇ ਧਨ ਕਰਕੇ ਹਾਜ਼ਰੀ ਭਰ ਰਹੇ ਹਨ, ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨੀ, ਸਾਰਿਆਂ ਦੇ ਪਰਿਵਾਰੀ ਸੁੱਖ ਸ਼ਾਂਤੀ, ਸਾਰਿਆਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਕੇ ਕਰਤਾਰਥ ਕਰਨਾ। ਗਰੀਬ ਨਾਜ ਪਿਤਾ ਜੀ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਦੀ ਅਰਦਾਸ ਭੁੱਲਾਂ ਚੁੱਕਾਂ ਦੀ ਮਾਫੀ ਦੇਣਾ, ਪ੍ਰਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਤਾਂ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼, ਸੁੱਖ ਹੋਵੇ ਨਾਮ ਚਿੱਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਇਵੰਦ ਹੋਵਾ, ਨਾਨਕ ਨਾਮ ਚੜ੍ਹਦੇ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਰਾਗਿਆ ਭਇਆ ਕਾਲ ਕੀ ਤਹਿ ਜਲਾਇਓ ਪੰਥ, ਸਿੱਖਨ ਕਾ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੁੱਝ ਹੈ ਖੋਜ ਸ਼ਬਦ ਮਹਲੇ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ ਦੁਆਰ ਹੋਏ ਸਭ ਮਿਲੇਂਗੇ ਮਜੇ ਸ਼ਰਨ ਜੋ ਹੋਏ। ਬੋਲੇ ਸੋ ਖਾਲਸਾ ਵਾਹਿਗੁਰੂ ਅਕਾਲ ਮੂਰਤ ਅਜੂਨੀ ਸਹਿਬਾਨ ਗੁਰਪ੍ਰਸਾਦ, ਚੇਤਨਾ ਹੈ ਤੋ ਚੇਤ ਲੈ ਜਿਸ ਦਿਨ ਮੈਂ ਬ੍ਰਾਹਮਣੇ ਸ਼ਨ ਸ਼ਨ ਔਧ ਵਿਭਾਗ ਹੈ ਉੱਠੇ ਘੱਟ ਦਿਓ ਪਾਣੇ ਕਰ ਗੁਣ ਕਾਹੇ ਨਾ ਗਾਵਹੇ ਮੋਹ ਰੱਖ ਅਭਿਆਨਾ ਝੂਠੇ ਲਾਲਚ ਲਾਕ ਮੈਂ ਮਰਨ ਪਛਾਣਾ ਅਜਹੋਂ ਕਛ ਵਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੈ ਔ ਨਾਨਕ ਤੈ ਭਜਨ ਤੈ ਨਿਰਭੈ ਪਦ ਪਾਵੈ ਸੱਜਣ ਸੱਚਾ ਪਾਤਸ਼ਾਹ ਸ਼ਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆ ਸੋਈ ਹੈ ਸਭ ਨਾਮ ਦਾ ਸਾ
ਸੱਜਣ ਸੱਚਾ ਪਾਤਸ਼ਾਹ ਸ਼ਿਰ ਸ਼ਹੰਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹਲਾ ਪੰਜਵਾਂ ਸਿਮਰਤ ਵੇਦ ਪੁਰਾਨ ਪੁਕਾਰਨ ਪੋਤਿਆ ਨਾਮ ਬਿਨਾ ਸਭ ਕੂੜ ਬਾਣੀ ਹੋਸਿਆ ਸਿਮਰਤ ਵੇਦ ਪੁਰਾਨ ਪੁਕਾਰਨ ਪੋਤਿਆ ਨਾਮ ਬਿਨਾ ਸਭ ਕੂੜ ਵਾਲੀ ਹੋਸ਼ਿਆ ਨਾਮ ਨਿਧਾਨ ਅਪਾਰ ਭਗਤਾਂ ਮਨ ਵਸਾ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸਾ ਨਰਕ ਸਰਪ ਅਵਤਾਰ ਮਾਇਆ ਧੰਦਿਆ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਮਰ ਮਰ ਜਨਮ ਤੇ ਬਿਨ ਬੋਝੇ ਸਭ ਬਾਤ ਜਾਨੀ ਭਰਮ ਤੇ ਜਿਨ ਕੋ ਹੈ ਨਿਆਲ ਤਿਨ ਸਾਧੂ ਸੰਗ ਤੈ ਅੰਮ੍ਰਿਤ ਹਰ ਕਾ ਨਾਮ ਤਿਨੇ ਜਨੇ ਜਪ ਲਿਆ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਵਜਾਏ ਆਪ ਨੇੜਾ ਦਿਸੇ ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਆ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਵਿਸਰਨਾਈ ਦਾਤਾਰ ਆਪਣਾ ਨਾਮ ਦਿਆ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਆਪਾਂ ਅੱਜ ਸਾਰੇ ਬਹੁਤ ਹੀ ਪਵਿੱਤਰ ਆਤਮਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਜਿਨ੍ਹਾਂ ਦੇ ਬਾਰੇ ਆਪ ਸਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਉਹਨਾਂ ਦੇ ਅੰਤਮ ਅਰਦਾਸ ਵਿੱਚ ਸਾਰੇ ਸ਼ਾਮਿਲ ਹੋਏ ਹਨ ਔਰ ਬਹੁਤ ਹੀ ਸਤਿਕਾਰਯੋਗ ਗੁਰਮ ਪਿਆਰੇ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲੇ ਜਿਨ੍ਹਾਂ ਨੇ ਰੱਬੀ ਬਾਣੀ ਦਾ ਜਿੱਥੇ ਕੀਰਤਨ ਕੀਤਾ ਹੈ ਉੱਥੇ ਆਪ ਜੀ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਹੈ ਔਰ ਦਾਸ ਨੂੰ ਵੀ
भाई साहब भाई सुखदेव सिंह ने आप जी के दर्शन उदारे इतने आने का जो इन्होंने सेवा लाई दास ने उपराला किया गुरु ने रहमत की है माफी देना अचानक गला थोड़ा जहा भारा हो गया पर दो चार मिनट आप जी की सेवा हाजरी भरती है प्यार में आओ रज के बुलाओ वाहेगुरु जी का खालसा वाहेगुरु जी की फतह। जो अज का यह पाठ है इस गल का सबूत है और साबित करता है कि भाई जसविंदर सिंह जी का जगत में आना तो पातशाह कहने बिच दुनिया सेव कमाई है तो दरगाह दर्शन पाई है कहो नानक बाह लड़ाई ये ठीक है। अज परिवार उन्होंने धर्म पत्नी उन्होंने पिता जी ने और खास तौर पर उन्होंने बेटा जिन्हों तो छाया उठ गया दुख है पर जो भाई साहब जी कर गए ने वो आप संगत तो इस गल का अंदाजा लाया जा सकता है वो अपने जन्मों सवार के गए ने ते पातशाह जी प्रमाण करते ने संत मोए प्यार रोई है जो अपने ग्रह जाए रोह सागत वापड़े जो हटे हट रोता है। यह जिया रूह संत रूप होया करते हैं ते दास एक बेनती जरूर करता जिथे भी जाता है अज असी संत उस कहते हाँ परावे पर नहीं संत नाम है करनी दा ते सब तो वड्डा संत है गृहस्थी जेड़ा दसा नवां दी किरत करता है नाम जपता है और लोड़वंद की लोड़ पूरी करता है असली संत वो है क्योंकि गुरु नानक पातशाह का गुरसिख वास्ते ये फरमान है किरत करना वट छकना ते नाम जपना असली संत ये है। तो गृहस्थ विच रहिंदिया जिहड़ा बंदा दसा नावां की किरत करता है नाम जपता है जिस तरह भाई साहब जी दस रहे सन महापुरशां का संग कीता नाम जपते सन सिमरन करते सन बंदगी वाले सन ते पातशाह ने एक फरमान किया है सुही राग विच धन गुरु नानक देव जी फरमान करते ने भांडा हच्छा सोए जोत सुपावसी भांडा अत मलीन धोता हच्छा ना होए सी गुरु द्वारे हुए सोझी पाए सी ए द्वारे धोए अच्छा होए सी मैंने हच्छे का विचार आवर पाए सी मत को जाने जाए अगे पाए से जे कर्म कमाए देहा होए से अमृत हर का नाम आवर पाए से चलिया पत स्यों जन्म सवार वाजा वाए से मानस क्या विचारा ते लोग सुनाए से नानक आप निहाल सब कल तार सी पांडा केड़ा है शरीर रूपी वही अच्छा है जो काल पुरख वाहिगुरु भा जावे चंगा लग जावे और जिहड़ा इंसान दुनिया उत्ते आउंदा है भाई जिदा दे कोई कर्म करता है उदा का ही उसनों फल प्राप्त होंदा है। पर अज जो संगत है आप सारे आप देख रहे हाँ कहने वाली गल नहीं हर मनुख ये गल कहता है बहुत चंगा बंदा सी जीवन के अंदर
ਸੱਜਣਾ ਮਿੱਤਰਾਂ ਦੇ ਨਾਲ ਚੰਗਾ ਮਿਲਵਰਤਨ ਮਿੱਠ ਬੋਲਣਾ ਸੱਜਣ ਸੀ ਤੇ ਮੇਰੇ ਮਾਲਕ ਦਾ ਫਰਮਾਨ ਵੀ ਹੈ ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ ਅਸਲੀ ਜੋ ਮੇਰਾ ਪਿਤਾ ਹੈ ਉਹ ਵੀ ਮਿੱਠ ਬੋਲਦਾ ਹੈ ਔਰ ਹਰ ਸਿੱਖ ਵਾਸਤੇ ਗੁਰੂ ਦਾ ਇਹ ਪਰਿਵਾਰ ਹੈ ਮਿੱਠਾ ਬੋਲਣਾ ਨਿਉਂ ਕੇ ਚੱਲਣਾ ਇਹ ਸਭ ਤੋਂ ਵੱਡੇ ਉੱਤਮ ਗੁਣ ਹਨ ਮਨੁੱਖ ਦੇ ਵਿੱਚ ਤੇ ਜੋ ਅੱਜ ਦਾ ਇਕੱਠ ਹੈ ਇਸ ਗੱਲ ਦਾ ਸਬੂਤ ਦਿੰਦਾ ਹੈ ਕਿ ਭਾਈ ਸਾਹਿਬ ਜੀ ਨੇ ਆਪਣੇ ਜੀਵਨ ਦੇ ਅੰਦਰ ਮਿੱਠ ਬੋਲਣਾ ਸਵਾ ਰੱਖਿਆ ਸਾਰਿਆਂ ਦੇ ਨਾਲ ਮਿਲਵਰਤਨ ਰੱਖਿਆ ਤੋ ਸਤਿਗੁਰੂ ਜੀ ਇੱਕ ਬਚਨ ਪ੍ਰਮਾਣ ਕਰਦੇ ਹਨ ਸਭਨਾ ਮਰਨਾ ਆਇਆ ਵਿਛੋੜਾ ਸਭਨਾ ਪੁੱਛੋ ਜਾਏ ਸਿਆਣਿਆ ਅੱਗੇ ਮਿਹਨਤ ਕਰਾਂ ਕਿ ਦੁਨੀਆਂ ਉੱਤੇ ਜੋ ਆਇਆ ਸੋ ਚੱਲ ਸੀ ਸਭ ਕੋ ਆਈ ਵਾਰੀਏ ਇਹ ਸੰਸਾਰ ਹੀ ਐਸਾ ਹੈ ਜੋ ਉਪਜੋ ਸੋ ਬਿਨਸ ਹੈ ਪਰ ਉਹ ਅੱਜ ਕੇ ਕਾਲ ਨਾਨਕ ਹਰ ਗੁਣ ਗਾਇਲੇ ਛਾੜ ਸਗਲ ਜੰਜਾਲ ਜਿਸ ਤਰ੍ਹਾਂ ਭਾਈ ਸਾਹਿਬ ਨੇ ਨਾਮ ਜਪਿਆ ਹੈ ਸਿਮਰਨ ਕੀਤਾ ਹੈ ਸਾਨੂੰ ਸਿੱਖਿਆ ਲੈ ਕੇ ਜਾਣੀ ਚਾਹੀਦੀ ਹੈ ਸਾਨੂੰ ਵੀ ਉਹਨਾਂ ਵਾਲਾ ਸੁਭਾਅ ਬਣਾਉਣਾ ਚਾਹੀਦਾ ਹੈ ਤਾਂ ਕਿ ਦੁਨੀਆ ਵਿੱਚ ਆ ਕੇ ਇਹ ਮਨੁੱਖ ਕੋ ਮਾਣ ਪ੍ਰਾਪਤ ਕਰ ਸਕੇ ਦਰਗਾਹ ਵਿੱਚ ਉਹਨਾਂ ਨੂੰ ਹੀ ਪ੍ਰਭੂ ਦੇ ਨਾਲ ਗੰਢ ਪੈਂਦੀ ਹੈ ਸਿਫਤੀ ਗੰਢ ਪਵੇ ਸੰਸਾਰ ਦਰਬਾਰ ਜਿਹੜੇ ਪ੍ਰਭੂ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਨੇ ਉਹ ਸੰਸਾਰ ਉੱਤੋਂ ਸਫਲ ਹੋ ਕੇ ਜਾਂਦੇ ਨੇ ਤੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਇੱਕ ਮਿੱਕ ਹੋ ਜਾਂਦੇ ਹਨ ਐਸੋ ਇਹ ਸੰਸਾਰ ਵੇਖਣ ਰਹਿਣਾ ਕੋ ਪਈ ਹੈ ਰੇ ਸੁਤੇ ਸੁਤੇ ਰੇਗ ਚਲੋ ਤੋਂ ਨਾਤਰ ਧੱਕਾ ਦਵਾਈ ਹੈ ਰੇ ਬਾਰੇ ਬੂਟੇ ਤੁਰਨ ਭਈਆ ਸਭ ਜਮਲ ਜਈ ਹੈ ਰੇ ਮਾਨਸ ਬੱਪਰਾ ਮੂਸਾ ਕੀਨੋ ਮੀਟ ਬਲਈਆ ਖਈ ਹੈ ਰੇ ਧਨਵੰਤਾ ਔਰ ਨਿਰਮਨ ਮਨ ਹੀ ਤਾਂਗੀ ਕਸ਼ੂ ਨਾ ਕਾਨੀ ਰੇ ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਵਡਾਨੀ ਰੇ ਹਰ ਕੇ ਸੇਵਕ ਜੋ ਹਰ ਪਾਏ ਇਨਕੀ ਕਥਾ ਨਰਾਰੀ ਨੇ ਆਵੇ ਨਾ ਜਾਵੇ ਨਾ ਕਬ ਮਰਦੇ ਦਾ ਬ੍ਰਹਮ ਸਿੰਗਾਰੀ ਨੇ ਜਿਹੜੇ ਐਸੇ ਗੁਰ ਸਿੱਖ ਭਾਈ ਸਿਮਰਨ ਕਰਦੇ ਨੇ ਸ਼ੁਭ ਕਰਮ ਕਰਦੇ ਨੇ ਪਾਰ ਬ੍ਰਹਮ ਦੇ ਵਿੱਚ ਇੱਕ ਮਿੱਗ ਹੋ ਜਾਂਦੇ ਨੇ ਉਹਨਾਂ ਦਾ ਜਨਮ ਮਰਨ ਜਿਹੜਾ ਹੈ ਉਹ ਕੱਟਿਆ ਜਾਂਦਾ ਹੈ ਤੋ ਜਿੰਨੀ ਆਪਾਂ ਸੰਗਤ ਅੱਜ ਅੰਤਮ ਅਰਦਾਸ ਵਿੱਚ ਭਾਈ ਸ਼ਾਮਲ ਹੋਇਆ ਮੈਂ ਇੱਕ ਬੇਨਤੀ ਕਰਾਂ ਸਮਾਜ ਵਿੱਚ ਰਹਿੰਦੇ ਹਾਂ ਕਿਸੇ ਗੁਰਮ ਪਿਆਰੇ ਕੋਲੋਂ ਕੋਈ ਅਵਗਿਆ ਹੋ ਜਾਵੇ ਕਿਸੇ ਅਵਸਰ ਤੇ ਪੇਸ਼ ਹੋਈਏ ਉਹਦੇ ਮੰਗਣ 10 ਬੰਦੇ ਚੱਲ ਜਾਣ ਅਵਸਰ ਵੀ ਕਹਿੰਦਾ ਵੀ ਗਲਤੀ ਕਿਤੇ ਭੁੱਲ ਹੋ ਗਈ ਤੇ ਉਹ ਮਾਫ਼ ਕਰ ਦਿੰਦਾ ਹੈ ਇਹ ਦੀਨ ਦੁਨੀਆਂ ਦਾ ਮਾਲਕ ਜੋ ਸਾਡਾ ਸਭ ਤੋਂ ਵੱਡਾ ਅਵਸਰ ਹੈ ਜੋ ਸਾਡੇ ਜਨਮਾਂ ਜਨਮਾਂ ਦੀ ਮੈਲ ਕੱਟਣ ਵਾਲਾ ਹੈ ਸਤ ਸਮੇਂ ਜਿੰਨੀਆਂ ਆਤਮਾ ਤੁਸੀਂ ਵੱਧ ਚੜ ਕੇ ਆਏ ਹੋ ਸੱਚ ਜਾਣਿਓ ਅੰਤਮ ਅਰਦਾਸ ਦਾ ਇਹੀ ਭਾਵ ਹੁੰਦਾ ਹੈ ਇਹ ਅਕਾਲ ਪੁਰਖ ਵਾਹਿਗੁਰੂ ਅਸੀਂ ਭੁੱਲ ਜਾਂਦੇ ਹਾਂ ਸਾਥੋਂ ਭੁੱਲਾਂ ਹੁੰਦੀਆਂ ਨੇ ਪਰ ਤੂੰ ਬਖਸ਼ੰਦ ਹੈ ਤੂੰ ਬਖਸ਼ ਲੈਣਾ ਹੈ ਤੇ ਸੱਚ ਜਾਣਿਓ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ੰਦ ਨੇ ਉਸ ਆਤਮਾ ਨੂੰ ਜ਼ਰੂਰ ਸਤਿਗੁਰੂ ਜੀ ਬਖਸ਼ਿਸ਼ ਕਰਨਗੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣਗੇ ਪਿੱਛੇ ਪਰਿਵਾਰ ਨੂੰ ਸੱਜਣਾ ਮਿੱਤਰਾਂ ਨੂੰ ਇਹ ਬਾਣਾ ਮੰਨਣ ਦਾ ਸਤਿਗੁਰੂ ਜੀ ਬਲ ਬਖਸ਼ਿਸ਼ ਕਰਨ ਮੈਂ ਬਹੁਤ ਧੰਨਵਾਦ ਕਹਿੰਦਾ ਹੋਇਆ ਗੁਰੂ ਚਰਨਾਂ ਵਿੱਚ ਇਹ ਅਰਦਾਸ ਹੈ ਜੋ ਭਾਈ ਸਾਹਿਬ ਦਾ ਸਰੂਪ ਉਹਨਾਂ ਦੇ ਸਰੂਪ ਤੋਂ ਉਹਨਾਂ ਦੇ ਸ਼ੁਭ ਕੀਤੇ ਹੋਏ ਕਰਮਾਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਬੇਸ਼ੱਕ ਦੀ ਅਜੇ ਇਸ ਸਮੇਂ 'ਤੇ ਬੈਠੇ ਹਾਂ ਪਰ ਮੈਂ ਬੇਟੇ ਨੂੰ ਜ਼ਰੂਰ ਕਹਾਂਗਾ ਪੁੱਤਰ ਅਸਲੀ ਪੁੱਤਰ ਉਹ ਹੁੰਦਾ ਹੈ ਤਿੰਨ ਤਰ੍ਹਾਂ ਦੇ ਪੁੱਤਰ ਗਏ ਜਾਂਦੇ ਨੇ ਇੱਕ ਹੁੰਦਾ ਸਪੁੱਤਰ ਇੱਕ ਹੁੰਦਾ ਪੁੱਤਰ ਇੱਕ ਹੁੰਦਾ ਕਪੁੱਤਰ ਸਪੁੱਤਰ ਉਹ ਹੁੰਦਾ ਹੈ ਜਿਹੜਾ ਆਪਣੇ ਮਾਤਾ ਪਿਤਾ ਦੀ ਸ਼ਾਨ ਨੂੰ ਵਧਾਉਂਦਾ ਹੈ ਪੁੱਤਰ ਉਹ ਹੁੰਦਾ ਜਿਹੜਾ ਮਾਂ ਪਿਓ ਤੱਕ ਸੀਮਿਤ ਰਹਿ ਜਾਵੇ
ਪਰ ਕਪੁੱਤਰ ਉਹਨੂੰ ਕਹਿੰਦੇ ਨੇ ਜਿਹੜਾ ਮਾਂ ਪਿਓ ਦੀ ਬਣਾਈ ਹੋਈ ਬਿੱਤ ਨੂੰ ਵੀ ਨਾਸ਼ ਕਰਦੇ ਖਰਾਬ ਕਰ ਦੇਵੇ। ਨਹੀਂ ਆਪਾਂ ਸਪੁੱਤਰ ਬਣਨਾ ਆਪਣੇ ਪਿਤਾ ਜੀ ਦੇ ਪਾਏ ਹੋਏ ਹੋਰਨੇ ਉੱਤੇ ਚੱਲ ਕੇ ਜਿਸ ਤਰ੍ਹਾਂ ਉਹਨਾਂ ਦੇ ਨਾਮ ਨਾਲ ਖੱਟਿਆ ਪੁੱਤਰ ਇਸੇ ਤਰ੍ਹਾਂ ਉਹਨਾਂ ਨੂੰ ਚਾਰ ਚੰਦ ਲਾਉਣੇ ਨੇ। ਇਹਨੇ ਕਿ ਸ਼ਬਦ ਪੈਦਾ ਹੋਇਆ ਸੁਣਦਾ ਜੱਜ ਕਹਾਂ ਇਹ ਜ਼ਰੂਰ ਹੈ ਜਿਸ ਦੇ ਨਾਲ ਇਹ ਵਾਪਰਦੀ ਹੈ ਉਸਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਅਤੇ ਪਾਤਸ਼ਾਹ ਨੇ ਜਿਸ ਤਨ ਲੱਗ ਕੇ ਸੋਈ ਜਾਣੇ ਕੌਣ ਜਾਣੇ ਪੀਰ ਭਰਾਈ ਜੀਓ। ਜਿਸ ਭੈਣ ਦਾ ਪਤੀ ਜੀਵਨ ਸਾਥੀ ਚੱਲ ਗਿਆ ਉਸਨੂੰ ਹੀ ਪਤਾ ਹੈ ਕਿ ਵਿਛੋੜਾ ਕੈਸਾ ਹੁੰਦਾ ਹੈ। ਪਰ ਇੱਕ ਐਡਾ ਦੁੱਖਦਾਈ ਔਰ ਪਿਤਾ ਜੀ ਦੇ ਸਾਹਮਣੇ ਪੁੱਤਰ ਦਾ ਚੱਜਣਾ ਉਦੋਂ ਵੀ ਵੱਡਾ ਦੁੱਖਦਾਈ ਗੱਲ ਹੁੰਦੀ ਹੈ। ਪਰ ਇਹ ਭਾਣਾ ਜਿਹੜਾ ਹੈ ਪਾਤਸ਼ਾਹ ਕਹਿੰਦੇ ਨੇ ਜਿਸ ਸਾਲ ਬਰਸਿਓ ਨਾ ਹੀ ਜਾਰਾ ਤਾਂ ਲੋ ਕੀਜੇ ਸਤ ਨਮਸਕਾਰਾ। ਜਿਸ ਮਾਲਕ ਦੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ ਉਹਨੂੰ ਭਾਈ ਨਮਸਕਾਰ ਕਰਨਾ ਹੀ ਸਾਡਾ ਫਰਜ਼ ਬਣਦਾ ਹੈ। ਬਹੁਤ ਪਵਿੱਤਰ ਆਤਮਾ ਸ਼ਖਸੀਅਤਾਂ ਇਲਾਕੇ ਦੇ ਸਾਰੇ ਭਗਵੰਤੇ ਸੱਜਣ ਰਿਸ਼ਤੇਦਾਰ ਭੈਣ ਭਾਈ ਸੱਚੇ ਮਿੱਤਰ ਤੁਸੀਂ ਦੂਰ ਦੁਰਾਡੇ ਚੱਲ ਕੇ ਅੱਜ ਉਹਨਾਂ ਦੀ ਆਤਮ ਅਰਦਾਸ ਵਿੱਚ ਸ਼ਾਮਿਲ ਹੋਏ ਹੋ। ਗੁਰੂ ਪਾਤਸ਼ਾਹ ਜੀ ਮਿਹਰ ਕਰੇ ਉਸ ਆਤਮਾ ਨੂੰ ਸ਼ਾਂਤੀ ਬਖਸ਼ੇ ਅਤੇ ਸਾਰਿਆਂ ਦੇ ਪਰਿਵਾਰੀ ਸਤਿਗੁਰੀ ਠੰਡ ਰਖਾਵੇ ਅਤੇ ਸਾਰਿਆਂ ਨੂੰ ਨਾਮ ਜਪਣ ਦਾ ਉੱਤਮ ਬਲ ਬਖਸ਼ਿਸ਼ ਕਰੇ। ਦਾਸ ਦੇ ਇਤਨੇ ਕਿ ਬਚਨ ਪ੍ਰਵਾਨ ਕਰਨਾ ਭੁੱਲਾਂ ਚੁੱਕਾਂ ਦੀ ਮਾਫੀ ਰੋਗ ਚਾਰ ਰੱਜ ਕੇ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੰਗਿਆ ਕਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਦਸਵੇਂ ਪਾਤਸ਼ਾਹ ਦੀ ਫਤਿਹ ਅਰਜ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਸਰਦਾਰ ਜਸਵਿੰਦਰ ਸਿੰਘ ਨਵਾਦਾ ਜਿਸ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਆਪਾਂ ਦੂਰਾਂ ਦੂਰਾਂ ਤੋਂ ਆਏ ਆ। ਜਸਵਿੰਦਰ ਸਿੰਘ ਨਵਾਦਾ ਕਿਸੇ ਜਾਣ ਪਹਿਚਾਣ ਦੇ ਮਹਤਾਜ ਨਹੀਂ ਸਨ। ਉਹਨਾਂ ਦਾ ਸਰਕਾਰੀ ਦਰਬਾਰੇ ਔਰ ਹਰ ਅਦਾਰੇ ਨਾਲ ਇਤਨਾ ਪ੍ਰੇਮ ਇੰਨਾ ਵੱਡਾ ਸੰਬੰਧ ਜਿਹੜਾ ਕਿ ਜੇ ਕਹਿ ਲਈਏ ਕਿ ਆਪਣੇ ਪਰਿਵਾਰ ਨਾਲੋਂ ਵੱਧ ਜਿਹੜਾ ਉਹ ਯਾਰੀ ਦੋਸਤੀ ਦੇ ਵਿੱਚ ਰੁਚੀ ਰੱਖਦੇ ਸਨ। ਔਰ ਮੈਂ ਸਮਝਾ ਇਹ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਚੀਜ਼ਾਂ ਸਾਧ ਸੰਗਤ ਜੀ ਜਸਵਿੰਦਰ ਸਿੰਘ ਨਵਾਦਾ ਥੋੜ੍ਹੀ ਐਜੂਕੇਸ਼ਨ ਲੈ ਕੇ ਉਹਨਾਂ ਨੇ ਇੱਕ ਗੋਲ ਸਕੂਲ ਸਥਾਪਿਤ ਕੀਤਾ ਜਿਹਦੇ ਵਿੱਚ 2.5 ਤੋਂ 3 ਹਜ਼ਾਰ ਬੱਚਾ ਐਜੂਕੇਸ਼ਨ ਪ੍ਰਾਪਤ ਕਰ ਰਿਹਾ ਹੈ। ਔਰ ਮੈਂ ਸਮਝਦਾ ਮਹਾਰਾਜ ਸਾਹਿਬ ਇਹ ਚੀਜ਼ਾਂ ਇਹ ਧੁਰੋਂ ਹੀ ਉਹਨਾਂ ਦੀ ਕਿਸਮਤ ਵਿੱਚ ਲਿਖੀਆਂ ਹੋਣੀਆਂ ਹੈ ਨਾ ਕਿ ਇੱਥੇ ਆ ਕੇ ਸਿੱਖੀਆਂ ਜਾ ਸਕਦੀਆਂ। ਔਰ ਬਾਕੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੱਖ ਸਾਹਿਬ ਜੀ ਨੇ ਕੋਈ ਬਾਕੀ ਗੱਲ ਬਾਕੀ ਛੱਡੀ ਨਹੀਂ ਜਿਹੜੀ ਕਿ ਅਸੀਂ ਦੱਸੀਏ। ਉਹਨਾਂ ਨੇ ਆਪ ਜੀ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ ਕਿ ਇਸ ਜਗਤ ਵਿੱਚ ਆਉਣ ਦਾ ਲਾਹਾ ਕੀ ਆ। ਮਹਾਰਾਜ ਸਾਹਿਬ ਦਾ ਪ੍ਰਵਾਨ ਹੈ ਜਿਸ ਕੀ ਜੀ ਦੀ ਦਰਗੇ ਪਾਟੀ ਤਿੰਨਾ ਮਰਨਾ ਭਾਈ ਜਿਸਦੀ ਜਿੱਡੀ ਦਰਗਾਹ ਚੋਂ ਪਾੜ ਗਈ ਸਾਧ ਸੰਗਤ ਜੀ ਅਕਾਲ ਸਚਾਈ ਉਸਨੇ ਇਸ ਦੁਨੀਆਂ ਤੋਂ ਕੂਚ ਕਰ ਜਾਣਾ ਹੈ। ਬੇਸ਼ੱਕ ਬੜਾ ਵਾਹ ਬੜਾ ਜ਼ੋਰ ਲਾਇਆ ਵੀਰ ਸਤੀਸ਼ ਉਹਨਾਂ ਦੀ ਸੱਜੀ ਬਾਹ ਜਿਹੜਾ ਉਹਨਾਂ ਦਾ ਸਾਰਾ ਹੀ ਕਾਰੋਬਾਰ ਔਰ ਸਾਂਝਾ
ਉਹਨਾਂ ਦਾ ਕਾਰੋਬਾਰ ਆਪ ਹੀ ਵੇਖਦੇ ਆਪ ਹੀ ਕਰਦੇ ਸਨ, ਉਹਨਾਂ ਨੂੰ ਫਿਕਰ ਕੋਈ ਨਹੀਂ ਸੀ। ਵੀਰ ਲੱਗੀ ਜੀ ਮਹਿਤਾ ਸਾਹਿਬ ਇਹਨਾਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ, ਵੀਰ ਕੁਲਵਿੰਦਰ ਸਿੰਘ ਨੂੰ ਇੱਕ ਬਹੁਤ ਵੱਡਾ ਸਾਥ ਦਿੱਤਾ ਕਿ ਆਪਾਂ ਜੇ ਭਰਾ ਦੀ ਰੱਬ ਨੇ ਵਧਾਈ ਹੋਈ ਤੇ ਆਪਾਂ ਮਰਨ ਨਹੀਂ ਦੇਣਾ, ਚਾਹੇ ਸਾਡਾ ਜੋ ਮਰਜ਼ੀ ਲੱਗ ਜਾਵੇ। ਪਰ ਮੈਂ ਸਮਝਦਾ ਇਹੋ ਜਿਹੀਆਂ ਯਾਰੀਆਂ ਵੀ ਘੱਟ ਆ, ਇਹੋ ਜਿਹੇ ਦੋਸਤ ਵੀ ਘੱਟ ਆ ਜਿਹੜੇ ਔਖੀ ਵੇਲੇ ਕੰਮ ਆਉਂਦੇ। ਸਤਿ ਸੰਗਤ ਜੀ, ਸਮਾਂ ਬੜਾ ਹੋ ਗਿਆ ਹੈ ਔਰ ਇਹ ਘੱਟ ਤੋਂ ਬੜਾ ਵੱਡਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਸਵਿੰਦਰ ਸਿੰਘ ਦਾ ਕਿੰਨਾ ਇਲਾਕੇ ਦੇ ਵਿੱਚ ਪ੍ਰੇਮ ਪਿਆਰ ਸੀ। ਜਦੋਂ ਕੱਲ੍ਹ ਪੰਡਾਲ ਵੇਖਣ ਆਏ ਤਾਂ ਮੈਂ ਵਿਕਰਮਜੀਤ ਸਿੰਘ ਅਤੇ ਇਹਨਾਂ ਦੇ ਮਾਮਾ ਜੀ ਵਾਲਾ ਨੂੰ ਕਿਹਾ ਜੀ ਪੰਡਾਲ ਛੋਟਾ ਪੈ ਜਾਂਦਾ, ਸਾਨੂੰ ਪਤਾ ਕੁਛ ਮਹੀਨੇ ਪਹਿਲੇ ਸਾਡਾ ਸਤਨਾਮ ਸਿੰਘ ਵੀਰ ਚੜ੍ਹਾਈ ਕਰ ਗਿਆ, ਉਸ ਤੋਂ ਬਾਅਦ ਸਾਡਾ ਜਾਣ ਤੋਂ ਪਿਆਰਾ ਵੀਰ ਮੋਦੀ ਬਾਬਾ ਬਣਾਵਾ ਸਿੰਘ ਜੀ ਦਾ ਬੇਟਾ ਔਰ ਉਸ ਤੋਂ ਬਾਅਦ ਲੱਗੀ ਮਹਿਤਾ ਜੀ ਦਾ ਪਿਤਾ, ਇੱਕ ਦੀ ਇੱਕ ਹੀ ਹੋ ਰਹੀ ਹੈ ਸਾਧ ਸੰਗਤ ਦੀ। ਪਰ ਮਹਾਰਾਜ ਸਾਹਿਬ ਨੇ ਕਿਹਾ ਭਾਣਾ ਮੰਨਣਾ ਹੈ ਔਰ ਉਹ ਸੰਗਤ ਦੇ ਵਿੱਚ ਹੀ ਮੰਨਿਆ ਜਾ ਸਕਦਾ ਹੈ। ਇਸ ਪਰਿਵਾਰ ਦਾ ਦੁੱਖ ਸਾਂਝਾ ਕਰਨ ਵਾਸਤੇ, ਇਸ ਘੜੀ ਦੇ ਵਿੱਚ ਸ਼ਰੀਕ ਹੋਣ ਵਾਸਤੇ ਸਰਦਾਰ ਗੁਰਜੀਤ ਸਿੰਘ ਜੀ ਭੁੱਲਰ ਉਹ ਵੀ ਹਾਜ਼ਰੀ ਭਰ ਕੇ ਹੋਣੇ ਹੋਣੇ ਗਿਆ, ਸਰਦਾਰ ਵਿਸਾ ਸਿੰਘ ਮਲਟੋਵਾ ਵੀ ਇਸ ਪਰਿਵਾਰ ਦਾ ਦੁੱਖ ਸਾਂਝਾ ਕਰਨ ਵਾਸਤੇ ਆਏ ਸਨ, ਸਰਦਾਰ ਤੇਜਪ੍ਰੀਤ ਸਿੰਘ ਪੀਟਰ ਜਿਹੜੇ ਜਸਵਿੰਦਰ ਸਿੰਘ ਨੇ ਆਪਣੇ ਵੱਡੇ ਭਰਾਵਾਂ ਨੂੰ ਹਮੇਸ਼ਾ ਹੀ ਉਹਨਾਂ ਦਾ ਹੁਕਮ ਮੰਨਿਆ। ਔਰ ਇਹ ਵੀ ਗੱਲ ਉਹਨਾਂ ਨੇ ਦੱਸੀ ਕਿ ਜਿੱਥੇ ਲਾਈਏ ਉਹ ਸਦਾ ਨਿਭਾਈਏ, ਉਹਨਾਂ ਨੇ ਜਦੋਂ ਦੀ ਲਾਈ ਆ ਤੋੜ ਹੀ ਨਿਭਾਈ ਆ। ਸਾਧ ਸੰਗਤ ਜੀ, ਸਰਦਾਰ ਬਖਸ਼ੀਸ਼ ਸਿੰਘ ਜੀ ਦਰਿਆ, ਸਰਦਾਰ ਐਸ ਪੀ ਕੇਹਰ ਸਿੰਘ ਸਰਵਣ ਸਿੰਘ ਜੀ ਧੁੰਨ, ਭੁਪਿੰਦਰ ਸਿੰਘ ਜੀ ਬਿੱਟੂ ਗੁਰਦਾਸਪੁਰ ਵਾਲੇ ਔਰ ਲੀਡਰ ਸਾਹਿਬ ਹਨ, ਬੜੇ ਇੱਥੇ ਸ਼ਖਸੀਅਤ ਨਾਲ ਬੈਠੀਆਂ ਹਾਜ਼ਰ ਹਨ ਜਿਨ੍ਹਾਂ ਨੇ ਪਰਿਵਾਰ ਦਾ ਦੁੱਖ ਸਾਂਝਾ ਕਰਨਾ ਸਨ। ਹੁਣ ਸਮੇਂ ਦੀ ਉਹਨਾਂ ਨੇ ਆਪ ਹੀ ਕਹਿ ਦਿੱਤਾ ਕਿ ਸਮਾਂ ਬਹੁਤ ਹੋ ਗਿਆ ਹੈ, ਸੰਗਤਾਂ ਨੇ ਪ੍ਰਸ਼ਾਦਾ ਪਾਣੀ ਲੰਗਰ ਪਰਿਵਾਰ ਵੱਲੋਂ ਤਿਆਰ ਹੈ, ਉਹ ਵੀ ਛੱਕ ਕੇ ਜਾਣਾ ਹੈ। ਅਤੇ ਇਸ ਕਰਕੇ ਪਰਿਵਾਰ ਵੱਲੋਂ ਸਾਰੀ ਸੰਗਤ ਨੂੰ, ਸਾਰੇ ਲੀਡਰ ਸਾਹਿਬਾਂ ਨੂੰ, ਪੰਚਾਂ ਸਰਪੰਚਾਂ ਨੂੰ ਲਾਗੇ ਅਤੇ ਬਹੁਤ ਵਾਰ ਵੀਰਾਂ ਨੂੰ, ਦੂਰੋਂ ਦੁਰਾਂਡੇ ਵਾਲੀਆਂ ਸੰਗਤਾਂ ਨੂੰ ਪਰਿਵਾਰ ਵੱਲੋਂ ਜੀਵਾਂ ਆਖਦੇ ਹਾਂ ਔਰ ਮਾਤਾ ਕਰੁਣਾ ਜੀ ਭਲਾਈ ਕੇਂਦਰ ਵਾਲੇ ਬਾਬਾ ਮਹਿੰਦਰ ਸਿੰਘ ਜੀ ਜਿਨ੍ਹਾਂ ਨਾਲ ਜਸਵਿੰਦਰ ਸਿੰਘ ਦਾ ਥਾਂ ਪਿਆ ਸੀ, ਉਹ ਸੇਵਾ ਵੀ ਇਹਨਾਂ ਨੂੰ ਜੋ ਇਹ ਹੁਕਮ ਲਾਉਂਦੇ ਸੀ ਔਰ ਬਗੈਰ ਦੇਰੀ ਤੋਂ ਸੇਵਾ ਕਰਦੇ ਸਨ ਔਰ ਉਹਨਾਂ ਨੇ ਹਮੇਸ਼ਾ ਹੀ ਇਹਨਾਂ ਮਹਾਂਪੁਰਖਾਂ ਦਾ, ਜਿੱਥੇ ਜਿੱਥੇ ਸਾਰੇ ਮਹਾਂਪੁਰਖਾਂ ਦਾ ਪ੍ਰੇਮ ਹੈ ਉੱਥੇ ਬਾਬਾ ਮਹਿੰਦਰ ਸਿੰਘ ਜੀ ਭਲਾਈ ਕੇਂਦਰ ਵਾਲੇ ਨਾਲ ਬੜਾ ਪ੍ਰੇਮ ਸੀ ਔਰ ਪੱਗ ਦੀ ਰਸਮ ਵੀ ਅਦਾ ਹੋਈ ਆ ਮਹਾਰਾਜ ਸਾਹਿਬ ਦੀ ਹਜ਼ੂਰੀ ਦੇ ਵਿੱਚ। ਅਤੇ ਮੈਂ ਬਣਾਵਾ ਸਿੰਘ ਨੂੰ ਇੱਕ ਬੇਨਤੀ ਬਣਾਵਾ ਸਾਹਿਬ ਨੂੰ ਕਰਨੀ ਆ ਕਿ ਇਹ ਸਿੰਘ ਸਾਹਿਬ ਭਾਈ ਧਿਆਨ ਸਿੰਘ ਜੀ ਮਨ ਦਾ ਜਿਹੜਾ ਉਹਨਾਂ ਵੱਲੋਂ ਬੰਦੇ ਬੁਲਾਉਣੀ ਇਹਨਾਂ ਨੇ, ਉਹ ਕੁਝ ਰੰਝੇਵਿਆਂ ਦਾ ਕਰਕੇ ਆ ਨਹੀਂ ਸਕੇ, ਉਹਨਾਂ ਆਉਣਾ ਜ਼ਰੂਰ ਸੀ। ਜਸਵਿੰਦਰ ਸਿੰਘ ਦਾ ਬੜਾ ਪ੍ਰੇਮ ਸੀ ਉਹਨਾਂ ਦਾ ਔਰ ਬੜਾ ਸਾਥ ਦਿੰਦੇ ਹੀ ਗਿਆ ਤਾਂ ਜਸਵਿੰਦਰ ਸਿੰਘ ਪਰਿਵਾਰ ਦਾ ਉਹਨਾਂ ਦਾ ਔਰ ਪਹੁੰਚਣਾ ਤਾਂ ਬੜਾ ਜ਼ਰੂਰੀ ਸੀ। ਅਤੇ ਰਾਤ ਉਹਨਾਂ ਦਾ ਫੋਨ ਆਇਆ ਕਿ ਬਣਾਵਾ ਸਾਹਿਬ ਆਉਣ ਕੇ ਹਾਜ਼ਰੀ ਲਵਾਉਣ ਵਾਸਤੇ, ਉਹ ਦੋ ਮਿੰਟ ਉਹਨਾਂ ਦੇ ਅਤੇ ਸਾਂਝੀ ਕਰਨਗੇ। ਉਸ ਤੋਂ ਪਹਿਲਾਂ ਇੱਕ ਮਿੰਟ ਭਾਈ ਮਹਿੰਦਰ ਸਿੰਘ ਜੀ ਬਾਬਾ ਜੀ ਭਲਾਈ ਕੇਂਦਰ ਵਾਲੇ ਉਹ ਸੰਗਤਾਂ ਨਾਲ ਦੋ ਮਿੰਟ ਗੁਜ਼ਾਰਾ ਕਰਕੇ ਬਸ ਸਮਾਪਤੀ ਹੋਏਗੀ। ਸੰਗਤਾਂ ਨੇ ਲੰਗਰ ਪ੍ਰਸ਼ਾਦਾ ਛੱਡ ਕੇ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲੋਕ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਜਿਹਨਾਂ ਦੀ ਯਾਦ ਵਿੱਚ ਜੁੜ ਬੈਠੇ ਹੋ, ਉਹਨਾਂ ਦੇ ਜੀਵਨ ਦਾ ਨਿਚੋੜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਹੁਕਮਨਾਮੇ ਦੇ ਵਿੱਚ ਸਿਮਰਤ ਵੇਦ ਪ੍ਰਾਣ ਪੁਕਾਰਨ ਪੁੱਥੀਆਂ, ਨਾਮ ਬਿਨਾਂ ਸੰਪੂਰਨ ਗੱਲ ਹੀ ਹੋਛੀਆਂ, ਅਤੇ ਐਸਾ ਹੀ ਸੰਦੇਸ਼ ਲੈ ਕੇ, ਐਸਾ ਹੀ ਸੁਨੇਹਾ ਦੇ ਕੇ ਸਾਨੂੰ ਗਏ ਨੇ। ਕੁਝ ਦਿਨ ਪਹਿਲਾਂ ਹੀ ਭਾਈ ਜਸਵਿੰਦਰ ਸਿੰਘ ਕਹਿਣ ਲੱਗੇ ਕਿ ਤੁਹਾਡੇ ਜਥੇ ਨੂੰ ਘਰ ਬੁਲਾਉਣਾ ਹੈ,
ਉਹ ਚਾਰਾ ਹੀ ਕਰਦੇ ਰਹੇ ਤੇ ਦੋ ਬੱਚੇ ਇਹਨਾਂ ਦੇ ਸਕੂਲ ਵਿੱਚ ਪੜ੍ਹਦੇ ਸਨ ਤੇ ਸਾਡੇ ਕੋਲ ਸੁਨੇਹਾ ਆਇਆ ਕਿ ਪਰਿਵਾਰ ਉਹ ਬੱਚਿਆਂ ਦਾ ਖਰਚਾ ਨਹੀਂ ਦੇ ਸਕਦਾ, ਕੋਈ ਘਰੇਲੂ ਮਜ਼ਬੂਰੀ ਹੈ। ਉਹ ਸਲਾਹਾਂ ਕਰਦੇ ਰਹੇ ਕਿ ਭਾਈ ਜਸਵਿੰਦਰ ਸਿੰਘ ਜੀ ਨੂੰ ਕਹਿ ਕੇ ਬੱਚਿਆਂ ਦੀ ਫੀਸ ਦਾਖਲਾ ਘੱਟ ਕਰਾਉਣਾ ਹੈ। ਇਹ 10-15 ਦਿਨ ਦੀਆਂ ਵਿਚਾਰਾਂ ਕਰਦੇ ਕਰਦੇ ਭਾਈ ਜਸਵਿੰਦਰ ਸਿੰਘ ਜੀ, ਜਦੋਂ ਭਾਈ ਬਲੇਰ ਵਾਲੇ ਵੀਰ ਭਾਈ ਅਵਤਾਰ ਸਿੰਘ ਭਾਈ ਬਲਵਿੰਦਰ ਸਿੰਘ ਜੀ ਦੱਸਿਆ ਕਿ ਭਾਈ ਜਸਵਿੰਦਰ ਸਿੰਘ ਚੜ੍ਹਾਈ ਕਰ ਗਏ ਹੈ। ਸਿਰਫ ਦੋ ਵਾਰੀ ਮੇਲ ਹੋਇਆ, ਇੱਕ ਵਾਰੀ ਦੁਕਾਨ 'ਤੇ ਅਤੇ ਇੱਕ ਵਾਰੀ ਭਾਈ ਤਾਰੂ ਸਿੰਘ ਦੇ ਸਾਥ 'ਤੇ। ਐਸੀ ਅੰਦਰ ਦੀ ਉਹਨਾਂ ਦੀ ਕਸ਼ਿਸ਼ ਅਤੇ ਖਿੱਚ ਸੀ, ਐਡਾ ਵੱਡਾ ਸੁਨੇਹਾ ਜਿਹੜਾ ਦੇ ਕੇ ਗਏ ਭਾਈ ਅੰਦਰ ਸਾਰੇ ਜਾਣਾ ਅਤੇ ਨਾਮ ਦੇ ਨਾਲ ਆਪਾਂ ਜੁੜਨਾ ਕਰੀਏ। ਸੋ ਪਿਆਰੀ ਸਾਧ ਸਿੰਘ ਜੀ, ਘਾਟਾ ਤਾਂ ਬਹੁਤ ਵੱਡਾ ਹੈ ਪਰਿਵਾਰ ਦੇ ਲਈ, ਪਰ ਇੱਕ ਬੇਨਤੀ ਅਰਦਾਸ ਕਰਦਾ ਜਾਵੇ ਕਿਉਂਕਿ ਇਹੋ ਜਿਹੀਆਂ ਆਤਮਾਵਾਂ ਦੇ ਲਈ ਆਪਾਂ ਵਿਰਾਗ ਵੀ ਕਰਦੇ ਹਾਂ ਕਿ ਇਹੋ ਜਿਹੀ ਆਤਮਾ ਕਿਉਂ ਚਲੀ ਗਈ। ਇੱਕ ਕਪੂਰਥਲੇ ਦੀ ਭੈਣ, ਉਹਦਾ ਪਤੀ ਇਸੇ ਤਰ੍ਹਾਂ ਚੜ੍ਹਾਈ ਕਰ ਗਿਆ, ਜਿਹੜਾ ਰਾਮਾ ਤੋਂ ਇਕੱਠੇ ਜਾਂਦੇ ਸੀ, ਜਿਹੜੇ ਜਿਹੜੇ ਕੰਮ ਇਕੱਠੇ ਜਾ ਕਰਦੇ ਸੀ, ਉਹ ਬੀਬੀ ਨੇ ਸਾਰੇ ਕੰਮ ਛੱਡ ਦਿੱਤੇ। ਇੰਨਾ ਮਾਮਲੇ ਵਿੱਚ ਵਿਰਾਗ, ਕਈ ਕਈ ਦਿਨ ਇਸ਼ਨਾਨ ਨਹੀਂ ਕਰਨਾ ਅਤੇ ਬੜਾ ਰੋਸ ਮਾਮਲੇ ਵਿੱਚ। ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਦਰਸ਼ਨ ਦੇ ਕੇ ਕਹਿਣ ਲੱਗੇ, ਕੰਗੀ ਧਰਮਾ ਰਾਜ, ਇਹ ਜੇ ਚੰਗਿਆਂ ਦੀ ਤੁਹਾਨੂੰ ਲੋੜ ਹੈ ਤਾਂ ਸਾਨੂੰ ਵੀ ਲੋੜ ਹੈ। ਜਿਹਨੂੰ ਤੂੰ ਅਮਰੀਕ ਸਿੰਘ ਨੂੰ ਯਾਦ ਕਰਦੀ ਕਿ ਉਹ ਚਲਿਆ ਗਿਆ ਮੇਰਾ ਪਤੀ, ਅਤੇ ਤੈਨੂੰ ਅੱਜ ਦਰਸ਼ਨ ਉਸ ਪਤੀ ਦੇ ਕਰਾ ਦੀਏ, ਹੇਮਕੁੰਟ ਸਾਹਿਬ ਦੀ ਧਰਤੀ 'ਤੇ ਸੇਵਾ ਕਰਦੇ ਹਾਂ, ਉਹਦੇ ਦਰਸ਼ਨ ਕਰਵਾਏ, ਉਹਦੇ ਮਨ ਨੂੰ ਠੰਡ ਪੈ ਗਈ ਕਿ ਮੇਰਾ ਪਤੀ ਜਿਹੜਾ ਹੈ ਉਹ ਟਿਕਾਣੇ ਚਲਿਆ ਗਿਆ। ਕਹਿਣ ਲੱਗੇ, ਭਰੀਏ ਤੇਰੇ ਮਨ 'ਚ ਖਿਆਲ ਹੋਏਗਾ, ਇੱਕ ਭਲਾ ਲੋਕ ਦੁਨੀਆਂ ਤੋਂ ਚਲਿਆ ਗਿਆ, ਤੇਰੇ ਕੰਮ ਕਿਵੇਂ ਆਉਣਗੇ। ਬਾਜਾਂ ਵਾਲੇ ਨੇ ਸੁਪਨੇ ਵਿੱਚ ਉਸ ਬੀਬੀ ਨੂੰ ਸੁਨੇਹਾ ਦਿੱਤਾ, ਤੈਨੂੰ ਪਤਾ ਹੀ ਨਹੀਂ ਲੱਗਣਾ ਤੇਰੇ ਬੱਚਿਆਂ ਦੇ ਕਾਰਜ ਕਿਵੇਂ ਹੋ ਜਾਣੇ। ਉਹ ਕਪੂਰਥਲੇ ਦੇ ਵਿੱਚ ਪਰਿਵਾਰ, ਇੱਕ ਬੇਟਾ ਅਤੇ ਇੱਕ ਬੇਟੀ, ਪਤਾ ਹੀ ਨਹੀਂ ਕਿੰਨੀਆਂ ਬਖਸ਼ਿਸ਼ਾਂ ਗੁਰੂ ਗੋਬਿੰਦ ਸਿੰਘ ਨੇ ਕੀਤੀਆਂ। ਇਹ ਜਿਹੜੀ ਰੂਹ ਮਿੱਸਰੀ ਹੈ ਪਿਆਰਿਓ, ਪਰਿਵਾਰ ਨੂੰ ਪਤਾ ਹੀ ਨਹੀਂ ਲੱਗਣਾ ਕਿਉਂਕਿ ਦੋ ਵਾਰੀ ਦੇ ਮੇਲ ਦੇ ਵਿੱਚ ਉਸ ਵੀਰ ਦੇ ਦਿਲ ਦੀ ਰੂਹਾਨੀਅਤ ਦੀ ਜਿਹੜੀ ਖਿੱਚ ਸੀ ਉਹ ਸਾਨੂੰ ਮਹਿਸੂਸ ਹੋਈ ਹੈ ਅਤੇ ਪਰਿਵਾਰ ਨੂੰ ਜਿਹੜਾ ਹੈ ਇਹ ਘਾਟਾ ਜਿਹੜਾ ਹੈ ਸਾਨੂੰ ਪੂਰਾ ਕਰਨਗੇ, ਘਾਟਾ ਮਹਿਸੂਸ ਨਹੀਂ ਹੋਵੇਗਾ। ਇਹਨਾਂ ਸ਼ਬਦਾਂ ਦੇ ਨਾਲ ਵੀਰ ਜਸਵਿੰਦਰ ਸਿੰਘ ਨੂੰ ਮਹਾਰਾਜ ਆਪਣੇ ਚਰਨਾਂ ਵਿੱਚ ਦਵਾਸ ਅਤੇ ਸਾਰੇ ਪਰਿਵਾਰ ਨੂੰ ਸ਼ਾਂਤੀ ਕਰਾ ਬਖਸ਼ ਹੋਈਆਂ ਭੁਲਾ ਚੁੱਕਾਲੀ ਗੁਰਾਂ ਫਤਿਹ ਕਰ ਵਾਲੀ ਬਦਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜਨ ਲੱਗੇ ਹਾਂ। ਔਰ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਫਤਿਹ ਅੱਜ ਕਰਦਾ ਹਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਰੀਦ ਸਾਹਿਬ ਗੁਰਬਾਣੀ ਅੰਦਰ ਬੜਾ ਸੁੰਦਰ ਲਿਖਦੇ ਜੀ, ਫਰੀਦਾ ਤਰੀ ਆਵੇ ਕੰਨੇ ਬਦਲਾ, ਬੈਠਾ ਕੇਰ ਕਰੇ ਕੇਰ ਕਰੇ ਤੇ ਹਾਨੂੰ ਅਚਿੰਤੇ ਵਾਜ ਪਏ, ਵਾਜ ਪਏ ਤੇ ਸਰੱਬ ਦੇ ਕੇਰਨਾ ਵਿਸਰੀਆਂ, ਜੋ ਮਨ ਚੇਤਨਾ ਚੇਤੇ ਸਨ ਸੋ ਗਾਦੀ ਰੱਬ ਗਿਆ। ਪਰਮ ਸਤਿਕਾਰਯੋਗ ਖਾਲਸਾ ਜੀ, ਮੇਰੇ ਤੋਂ ਪਹਿਲਾਂ ਰਾਗੀ ਜਥੇ ਨੇ ਬਹੁਤ ਹੀ ਬਰਾਮੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਉਸ ਤੋਂ ਉਪਰੰਤ ਜਿੱਥੇ ਸਭੇ ਥਾਲ ਨਹੀਂ ਤੁਜਿਹਾ, ਵਧੋ ਪੁਰਖ ਵਧਾਤੇ ਤਾਂ ਤੂੰ ਸੋਇਆ, ਦਰਬਾਰ ਸਾਹਿਬ ਦੇ ਅਰਦਾਸੀਏ ਉਹਨਾਂ ਨੇ ਅਰਦਾਸ ਕਰਕੇ ਬਾਅਦ ਵਿੱਚ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸਾਨੂੰ ਸਤਿਕਾਰਯੋਗ ਖਾਲਸਾ ਜੀ, ਬੰਦਾ ਜਨਮਦਾ ਆਪਣੇ ਮਾਂ ਪਿਓ ਦੀ ਭਾਗੀ, ਜਿਉਂਦਾ ਆਪਣੇ ਬਦਲੇ, ਮਰ ਜਾਂਦਾ ਆਪਣੀ ਸੰਤਾਨ ਬਦਲੇ, ਤਾਂ ਮਨੁੱਖ ਦੀ ਕਹਾਣੀ ਇਸ ਢੰਗ ਨਾਲ ਸੁਪੰਨ ਹੋ ਜਾਂਦੀ ਹੈ। ਪਰੰਤੂ ਮੈਂ ਬੇਨਤੀ ਕਰਾਂ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਨੂੰ ਆਪਦਾ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਭਰ ਜਿੰਨੇ ਵੀ ਸਵਾਸ ਗੁਰੂ ਸਾਹਿਬ ਨੇ ਬਖਸ਼ੇ ਸਨ, ਬੜੀ ਇਮਾਨਦਾਰੀ ਨਾਲ ਕੰਮ ਕੀਤਾ, ਔਰ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਰਹਿ ਕੇ ਬਹੁਤ ਹੀ ਇਮਾਨਦਾਰ ਵਿਅਕਤੀ ਉਹ ਜਿਹੜਾ ਸਾਡੇ ਉੱਤੋਂ। ਕਿਸੇ ਕਵੀ ਨੇ ਬੜੀਆਂ ਦੋ ਵਧੀਆ ਲਾਈਨਾਂ ਲਿਖੀਆਂ ਨੇ, ਤੈਨੂੰ ਚੰਗਾ ਲੱਗਾ ਨਾ ਅੱਧਾ ਫੁੱਲ ਟਹਿਣੀ ਨਾਲ ਖਿੜਿਆ, ਤੂੰ ਖਿੜਖਿੜ ਹੱਸ ਪਈਓ ਜਦੋਂ ਵੀਰ ਵੀਰਾਂ ਨਾਲੋਂ ਪਿਛੜਿਆ। ਪਰਮ ਸਤਿਕਾਰਯੋਗ ਖਾਲਸਾ ਜੀ, ਮਾਪਿਆਂ ਦੀ ਗੱਲ ਕੀਤੀ ਗਈ ਆ, ਮੇਰਾ ਇਸ ਪਰਿਵਾਰ ਨਾਲ ਬਹੁਤ ਲੰਮਾ 30 ਸਾਲ ਤੋਂ ਪੁਰਾਣਾ ਵਾਹ,
ਸਰਦਾਰ ਗੁਰ ਜਤਿੰਦਰਪਾਲ ਸਿੰਘ ਜੀ ਕਲਨ ਸਾਹਿਬ, ਉਦੋਂ ਮਗਰੋਂ ਪੀਟਰ ਸਾਹਿਬ, ਇਹ ਸਾਰਾ ਜਿਹੜਾ ਪਰਿਵਾਰ ਆ, ਨਵਾਦਾ ਪਰਿਵਾਰ, ਸਰਦਾਰ ਸੁਖਪਾਲ ਸਿੰਘ ਜੀ ਬਾਸਰ ਕੇ, ਇਹ ਸਾਰਾ ਹੀ ਪਰਿਵਾਰ ਜਿਹੜਾ ਸਾਡਾ ਆਪਣਾ ਪਰਿਵਾਰ ਹੈ। ਲੇਕਿਨ ਪਰਮ ਸਤਿਕਾਰਯੋਗ ਖਾਲਸਾ ਜੀ, ਇਸ ਮੌਤ ਨੇ ਸਾਡੇ ਸਾਰੇ ਇਲਾਕੇ ਵਿੱਚ ਹਲੂਣ ਕੇ ਰੱਖ ਦਿੱਤਾ। ਜਿੱਥੇ ਵੀ ਕਿਸੇ ਨੇ ਖਬਰ ਸੁਣੀ ਹੈ ਕਿ ਸਰਦਾਰ ਜਸਵਿੰਦਰ ਸਿੰਘ ਜੀ ਨਵਾਦਾ ਚੜ੍ਹਾਈ ਕਰ ਗਿਆ, ਸੋ ਪਰਮ ਸਤਿਕਾਰਯੋਗ ਖਾਲਸਾ ਜੀ, ਮੈਂ ਘਰੇ ਵੀ ਅਫਸੋਸ ਕਰਕੇ ਗਿਆ ਸੀ ਅਤੇ ਮੈਂ ਇੱਕ ਬੇਨਤੀ ਕੀਤੀ ਸੀ, ਬੜਾ ਔਖਾ ਉਹ ਤੋਂ ਮੰਗਣਾ ਬੁੱਢਿਆਂ ਮਾਪਿਆਂ ਦੇ, ਇਹੋ ਰੱਬ ਤੋਂ ਸੱਚੀ ਦੁਆ ਮੰਗਾਂ, ਮਾਪਿਆਂ ਵਾਸਤੇ ਬਹੁਤ ਔਖੀ ਗੱਲ ਹੈ। ਸਰਦਾਰ ਅਨੂਪ ਸਿੰਘ ਜੀ ਉਹਨਾਂ ਦੇ ਧਰਮ ਸੁਪਤਨੀ, ਔਰ ਉਹ ਸਾਡੇ ਜਸਵਿੰਦਰ ਸਿੰਘ ਦੀ ਧਰਮ ਸੁਪਤਨੀ, ਉਹ ਸਾਡੀ ਭੈਣ, ਜਿਨ੍ਹਾਂ ਨਾਲ ਜੋ ਕੁਛ ਵਾਪਰਿਆ ਕਹਿ ਦੇਣਾ ਬੜਾ ਸੌਖਾ ਮਾਈਕ ਫੜ ਕੇ, ਲੇਕਿਨ ਜਿਸ ਤਰ੍ਹਾਂ ਲੱਗ ਕੇ ਸੋਈ ਜਾਣੇ ਕੌਣ ਜਾਣੇ ਪੀਰ ਪਰਾਈ। ਔਰ ਮੈਂ ਉਸਦੇ ਬੇਟੇ ਨੂੰ ਵਿਕਰਮਜੀਤ ਸਿੰਘ ਨੂੰ ਇੱਕ ਬੇਨਤੀ ਕੀਤੀ ਸੀ, ਸ਼ਰਾਬ ਦੀ ਵੀ ਨਾਲ ਸਨ, ਉਹਨਾਂ ਦੇ ਮਾਮਾ ਜੀ ਵੀ ਉੱਥੇ ਸਨ, ਲੇਕਿਨ ਉਹਨੇ ਮੇਰੀ ਇਹ ਬੇਨਤੀ ਪ੍ਰਵਾਨ ਵੀ ਕੀਤੀ। ਮੈਂ ਉਹਨੂੰ ਇੱਕ ਗੱਲ ਕਹੀ ਸੀ ਕਿ ਜਿਸ ਤਰ੍ਹਾਂ ਹੁਣੇ ਬਾਬਾ ਜੀ ਨੇ ਇੱਕ ਸ਼ਬਦ ਪੜ੍ਹਿਆ, ਬਹੁਤ ਘੱਟ ਰੂਹਾਂ ਹੁੰਦੀਆਂ ਨੇ, ਬਹੁਤ ਐਸੇ ਲੋਕ ਘੱਟ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਪੰਕਤੀ ਪੜ੍ਹੀ ਜਾਂਦੀ ਹੈ ਕਿ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ, ਸੱਚੀ ਦਰਗੇ ਜਾਏ ਸੱਚਾ ਪਿੰਡ ਮੱਲਿਆ। ਮੈਂ ਉਸ ਵਿਕਰਮਜੀਤ ਸਿੰਘ ਉਹਨਾਂ ਦੇ ਭਚੰਗੀ ਨੂੰ ਇੱਕ ਬੇਨਤੀ ਕੀਤੀ ਸੀ ਕਿ ਛੋਟੇ ਵੀ ਤੇਰਾ ਬਾਪ ਤੇਰੇ ਵੀ ਬਹੁਤ ਕੁਛ ਕਮਾ ਕੇ ਗਿਆ, ਲੇਕਿਨ ਅਚਾਨਕ ਚੱਲਿਆ ਗਿਆ, ਮੇਰੀ ਇੱਕ ਨਿਮਰਤਾ ਸਾਹਿਬ ਤੈਨੂੰ ਬੇਨਤੀ ਹੈ ਕਿ ਅੱਜ ਤੋਂ ਬਾਅਦ ਜਿਸ ਤਰ੍ਹਾਂ ਤੇਰਾ ਬਾਪ ਸਾਫ ਕਸੂਰ ਸੀ, ਅਮਰਧਾਰੀ ਸੀ, ਮੇਰੀ ਇਹ ਬੇਨਤੀ ਹੈ ਕਿ ਤੂੰ ਸਾਫ ਕਸੂਰ ਤੋਂ। ਉਹਨੇ ਉੱਧਰ ਵੀ ਇਸ ਗੱਲ ਦਾ ਵਿਸ਼ਵਾਸ ਦਵਾਇਆ ਸੀ ਕਿ ਮੈਂ ਅੱਜ ਤੋਂ ਬਾਅਦ ਜਿਹੜੇ ਉਹ ਕੇਸ ਕਤਲ ਲਈ ਕਰਵਾਵਾਂਗਾ। ਮੈਂ ਸਮਝਦਾ ਜਿਸ ਤਰ੍ਹਾਂ ਬਾਬਾ ਜੀ ਕਹਿੰਦੇ ਸਨ, ਸਪੁੱਤਰ ਹੁੰਦੇ ਨੇ ਜਿਹੜੇ, ਉਹਨਾਂ ਨੇ ਉਹਨਾਂ ਦਾ ਨਾਂ ਕਮਾਉਣਾ ਹੁੰਦਾ, ਲੇਕਿਨ ਪਰਮ ਸਤਿਕਾਰਯੋਗ ਖਾਲਸਾ ਜੀ ਕੀਤਾ ਕੁਝ ਨਹੀਂ ਜਾ ਸਕਦਾ, ਜਿਸ ਥਾਕਰ ਸੇ ਉਹਨਾਂ ਹੀ ਚਾਰਾ ਤਾਕੋ ਕੀਜੇ ਸਭ ਨਮਸਕਾਰਾ। ਮੈਨੂੰ ਰਾਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਸਾਹਿਬ ਭਾਈ ਧਿਆਨ ਸਿੰਘ ਜੀ ਮੰਡੋ ਸਿੰਘ ਸਾਹਿਬ ਦਾ ਫੋਨ ਆਇਆ, ਉਹਨਾਂ ਨੇ ਕਿਹਾ ਕਿ ਮੇਰੀਆਂ ਕੁਝ ਮੀਟਿੰਗਾਂ ਸਨ, ਸੰਤਾਂ ਮਹਾਤਮਾ ਰੱਖੀਆਂ, ਇਸ ਕਰਕੇ ਮੈਂ ਪਹੁੰਚ ਨਹੀਂ ਸਕਦਾ, ਤੁਸੀਂ ਇਸ ਪਰਿਵਾਰ ਦੇ ਨਾਲ ਮੇਰੇ ਵੱਲੋਂ ਜਾ ਕੇ ਦੁੱਖ ਸਾਂਝਾ ਕਰਨਾ। ਮੈਂ ਆਪਣੇ ਵੱਲੋਂ ਸਰਬੱਤ ਖਾਲਸਾ ਦੇ ਥਾਪੇ ਹੋਏ ਜਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਜੀ ਮੰਡ ਔਰ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਲਾ ਵੱਲੋਂ ਵੀ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ, ਸਤਿਗੁਰੂ ਜੀ ਕਿਰਪਾ ਕਰਿਓ, ਕਿਤੇ ਜਾਣੇ ਅਣਜਾਣੇ ਉਹ ਸਾਡੇ ਵੀਰ ਤੋਂ ਗਲਤੀ ਹੋ ਗਈ ਹੋਵੇ, ਅਣਜਾਣ ਸਮਝ ਕੇ ਮਾਫ ਕਰਿਓ, ਪਿੱਛੇ ਪਰਿਵਾਰ ਨੂੰ, ਸਕਿਆਂ ਨੂੰ, ਸੰਬੰਧੀਆਂ ਨੂੰ, ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਸੋ ਪਰਿਵਾਰ ਵੱਲੋਂ ਸਾਰੀਆਂ ਹੀ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਜਿੰਨੇ ਕਦਮ ਚੱਲ ਕੇ ਆਏ ਹੋ ਸਾਡੇ ਸਿਰ ਮੱਥੇ ਉੱਪਰ, ਪਰਮ ਸਤਿਕਾਰਯੋਗ ਖਾਲਸਾ ਜੀ, ਕਿਸੇ ਦੀ ਖੁਸ਼ੀ ਵਿੱਚ ਸ਼ਾਮਲ ਹੋਈਏ, ਖੁਸ਼ੀ ਬਣਦੀ ਹੈ ਕਿਸੇ ਦੇ ਗਮ ਵਿੱਚ ਸ਼ਾਮਲ ਹੋਣ ਵਾਸਤੇ ਆਈਏ ਅਤੇ ਉਹਦਾ ਜਿਹੜਾ ਗਮ ਜਿਹੜਾ ਉਹ ਘਟਦਾ, ਤੁਸੀਂ ਆਏ ਹੋ ਜੀ ਆਇਆਂ ਨੂੰ। ਸਾਰੇ ਵੀਰਾਂ ਨੂੰ ਬੇਨਤੀ ਹੈ, ਗੁਰੂ ਕਾ ਲੰਗਰ ਆ ਦੁੱਧ ਵਰਤ ਰਿਹਾ, ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾ ਕਰਨੀ। ਬੋਲਦਿਆਂ ਕੋਈ ਵੱਧ ਘੱਟ ਦਾ ਬੋਲ ਗਿਆ ਹੋਵਾਂ, ਦਮਦਮੀ ਟਕਸਾਲ ਵੱਲੋਂ ਸ੍ਰੀ ਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ, ਉਹਨਾਂ ਵੱਲੋਂ ਵੀ ਜਥੇਦਾਰ ਸਾਹਿਬ ਆਏ ਨੇ, ਸਾਰੀਆਂ ਹੀ ਆਈਆਂ ਹੋਈਆਂ ਧਾਰਮਿਕ ਜਥੇਬੰਦੀਆਂ ਸਾਰੇ ਆਏ ਹੋਏ, ਜਿਹੜੇ ਰਾਜਨੀਤਿਕ ਪਾਰਟੀਆਂ ਦੇ ਆਗੂ ਸਾਹਿਬਾਨ, ਉਹਨਾਂ ਨੂੰ ਜੀ ਆਇਆ, ਫਤਿਹ ਗੱਜ ਵੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।